ਦੋਸਤੋ ਕੀ ਹਾਲ ਚਾਲ ਨੇ ਜਨਾਬ, ਤੁਸੀਂ ਵੇਖਦੇ ਪਏ ਅਰਸ਼ਦ ਅਲੀ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਅਰਸ਼ਦ ਅਲੀ ਜੋਈਆ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਹਰ ਰੋਜ਼ ਇਹ ਕੋਸ਼ਿਸ਼ ਕਰਨਾ ਕਿ ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂ। ਅਤੇ ਜਨਾਬ ਅੱਜ ਵੀ ਮੈਂ ਲੈ ਕੇ ਆਇਆ ਇੱਕ ਝੋਟਾ ਅਤੇ ਇੱਕ ਜਨਾਬ ਪਿਓਰ ਨੀਲੀ ਦੀ ਮੈਂ ਜਨਾਬ, ਅਤੇ ਇੱਕ ਨਾਲ ਜਨਾਬ ਨੀਲੀ ਦਾ ਹੀ ਝੋਟਾ ਖੜੋਤਾ। ਸਭ ਤੋਂ ਪਹਿਲੇ ਕੈਮਰਾਮੈਨ ਸਾਹਿਬ ਹੈ, ਮੈਂ ਵਿਖਾਓ ਜੀ ਜਿਹੜੀ ਪਿਓਰ ਨੀਲੀ ਦੀ ਮੈਂ, ਇਹ ਮੈਂ ਵਿਖਾਓ ਜੀ। ਇਹ ਉਸ ਤੋਂ ਬਾਅਦ ਜਨਾਬ ਆਪਾਂ ਕਰਾਂਗੇ ਆਪਣਾ ਭਾਈ ਜਾਫਰ ਉਹਨਾਂ ਨਾਲ ਗੱਲ। ਇਹ ਜਨਾਬ ਮੀਆਂ ਮੁਹੰਮਦ ਅਬਾਸ ਸਾਹਿਬ ਦੀ ਜਨਾਬ ਹੈ ਮੱਝ, ਅਤੇ ਉਹ ਆਪ ਤਾਂ ਹੈ ਨਹੀਂ ਸੀ ਨਾ ਇੱਥੇ, ਅਤੇ ਲੇਕਿਨ ਅਸੀਂ ਉਹਨਾਂ ਤੋਂ ਇਹ ਫੋਨ ਕਰਵਾ ਕੇ ਪੁੱਛਿਆ ਜਨਾਬ ਵੀ ਸਾਨੂੰ ਇਹ ਤੁਸੀਂ ਦੱਸ ਦਿਓ ਵੀ ਇਹਨਾਂ ਦਾ ਕੀ ਹਿਸਾਬ ਕਿਤਾਬ ਹੈ। ਅਤੇ ਅਸੀਂ ਆਪਣਾ ਜਿਹੜਾ ਬੰਦਾ ਭਾਈ ਜਾਫਰ ਨਾਲ ਲਈ ਫਿਰਨੇ ਹਾਂ ਜਨਾਬ, ਉਸੇ ਹੀ ਬੰਦੇ ਨੂੰ ਅਸੀਂ ਅੱਗੇ ਕਰਾਂਗੇ ਕਿ ਭਾਈ ਜਿਹੜਾ ਆਪਣਾ ਦੱਸਿਆ ਸੀ ਭਾਈ ਅਬਾਸ ਹੋਰਾਂ ਨੇ, ਉਹਦਾ ਤੁਸੀਂ ਹਿਸਾਬ ਕਿਤਾਬ ਦੱਸਣਾ ਸਾਨੂੰ। ਇਹ ਜਨਾਬ ਮੈਂ ਜਾ ਰਹੀ ਹੈ, ਇਹਨੂੰ ਥੋੜ੍ਹਾ ਪਾਟ ਹੋ ਰਹੀ ਥੋੜ੍ਹਾ ਕਾਹਨੂੰ। ਇਹ ਜਨਾਬ ਤੁਸੀਂ ਵੇਖ ਰਹੇ ਹੋ ਪਿਓਰ ਨੀਲੀ ਦੀ ਮੈਂ ਜਨਾਬ, ਕੋਈ ਬੰਦਾ ਕਹੇ ਕਿ ਜਨਾਬ ਪਿਓਰ ਨੀਲੀ ਦੀ ਮੈਂ ਨਹੀਂ, ਤੇ ਨੰਬਰ ਮੇਰਾ ਵਿੱਚ ਹੁੰਦਾ ਤੇ ਜਨਾਬ ਉਸ ਨੰਬਰ ਤੇ ਤੁਸੀਂ ਕਰ ਲੈਣੀ ਹੈ ਕਾਲ, ਤੇ ਆਪਣਾ ਉਸ ਤੋਂ ਬਾਅਦ ਜਿਹੜਾ ਆ ਆਪਣਾ ਝੋਟਾ ਵਿਖਾਓ ਜੀ। ਇਹ ਜਨਾਬ ਇੱਕ ਝੋਟਾ ਖੜੋਤਾ ਹੈ, ਹਰ ਮੰਡੀ ਤੇ ਜਾਂਦਾ ਜਨਾਬ ਨੁਮਾਇਸ਼ ਹੋਣ ਵਾਸਤੇ। ਇਹਦਾ ਜਿਹੜਾ ਹਿਸਾਬ ਕਿਤਾਬ ਹੈ ਇਹ ਵੀ ਦੱਸਿਆ ਭਾਈ ਬਾਸ ਨੇ ਸਾਨੂੰ ਕਿ ਮੇਰਾ ਜਨਾਬ ਪੰਜਾਬ ਦੇ ਲੈਵਲ ਦੇ ਵਿੱਚ ਹਰ ਮੰਡੀ ਤੇ ਝੋਟਾ ਜਾਂਦਾ, ਅਤੇ ਉੱਥੋਂ ਇਹ ਨੁਮਾਇਸ਼ ਤੋਂ ਹੋ ਕੇ ਆਉਂਦਾ। ਇਹ ਜਨਾਬ ਇੱਕ ਝੋਟਾ ਹੈ, ਇਹ ਤੁਸੀਂ ਵੇਖ ਰਹੇ ਹੋ, ਮੇਰਾ ਕੈਮਰਾਮੈਨ ਜਨਾਬ ਤੁਹਾਨੂੰ ਵਿਖਾ ਰਿਹਾ। ਅਤੇ ਉਸ ਤੋਂ ਬਾਅਦ ਜਨਾਬ ਆਪਾਂ ਕਰ ਲਾਂਗੇ ਭਾਈ ਜ਼ਫਰ ਨੂੰ ਨਾਲ ਠੱਲ ਲਾਂਗੇ, ਅਤੇ ਉਹਨੂੰ ਪੁੱਛ ਲਾਂਗੇ ਕਿ ਜੋ ਭਾਈ ਬਾਸੁਰਾਂ ਨੇ ਜਨਾਬ ਤੁਹਾਨੂੰ ਫੋਨ 'ਚ ਦੱਸਿਆ ਉਹ ਹੀ ਸਾਨੂੰ ਤੁਸੀਂ ਦੱਸਣਾ, ਵੱਧ ਘੱਟ ਨਹੀਂ ਦੱਸਣਾ। ਇਹ ਜਨਾਬ ਤੁਸੀਂ ਵੇਖ ਰਹੇ ਹੋ ਝੋਟਾ, ਇਹਦਾ ਕੀ ਹਿਸਾਬ ਕਿਤਾਬ ਹੈ, ਅਤੇ ਇਹਦਾ ਆਪਣਾ ਬਾਅਦ ਵਿੱਚ ਇਹ ਵੀ ਕਰ ਲਾਂਗੇ। ਅਤੇ ਨਿੱਕੇ ਨੂੰ ਮੈਂ ਕਹਿੰਦਾ ਕਿ ਥੋੜ੍ਹਾ ਜਿਹਾ ਜਨਾਬ ਇਹਨੂੰ ਟੋਰ ਲੈ, ਅਤੇ ਇਹ ਜਿਵੇਂ ਹੀ ਟੁਰਦਾ ਤਾਂ ਆਪਾਂ ਵੇਖ ਲੈਂਦੇ ਹਾਂ ਜਨਾਬ ਇਹ ਝੋਟਾ ਤੁਸੀਂ ਵੇਖ ਰਹੇ ਹੋ। ਕੈਮਰਾਮੈਨ ਸਾਹਿਬ ਥੋੜ੍ਹਾ ਜਿਹਾ ਨਜ਼ਦੀਕ ਹੋ ਕੇ ਵਿਖਾਉਣਾ ਜਨਾਬ ਝੋਟਾ। ਇਹ ਜਨਾਬ ਝੋਟਾ ਜਾ ਰਿਹਾ ਤੁਸੀਂ ਵੇਖ ਰਹੇ ਹੋ, ਚਲ ਬਸ ਜੀ। ਅਤੇ ਇਹ ਇੱਕ ਵਾਰੀ ਮੈਂ ਹੋਰ ਵਿਖਾ ਦਿਓ ਜੀ, ਮੈਂ ਜਨਾਬ ਸੂਣ ਵਾਲੀ ਹੈ ਜਾਂ ਸੂਈ ਹੋਈ ਹੈ, ਇਹ ਵੀ ਜਨਾਬ ਆਪਣਾ ਇੱਥੇ ਹਿਸਾਬ ਕਿਤਾਬ ਕਰ ਲਾਂਗੇ। ਅਤੇ ਹੁਣ ਮੈਂ ਕਰ ਲੈਣਾ ਜ਼ਫਰ ਨਾਲ ਗੱਲ ਕਿ ਜਿਹੜੀ ਭਾਈ ਬਾਸੁਰਾਂ ਨੇ ਜਨਾਬ ਤੁਹਾਨੂੰ ਗੱਲ ਕੀਤੀ ਸੀ ਫੋਨ ਦੇ ਵਿੱਚ ਆਪਣੇ ਨਾਲ, ਉਹ ਹੀ ਤੁਸੀਂ ਕਰਨੀ ਹੈ, ਜ਼ਿਆਦਾ ਨਹੀਂ ਕਰਨੀ। ਇਹ ਜਨਾਬ ਪਿਓਰ ਨੀਲੀ ਦੀ ਮੈਂ, ਲੋਕ ਕਹਿੰਦੇ ਨੇ ਕਿ ਨੀਲੀ ਦੀਆਂ ਮੱਝਾਂ ਜਨਾਬ ਜਿਹੜੀਆਂ ਨੇ ਤੁਸੀਂ ਸਾਨੂੰ ਨਹੀਂ ਵਿਖਾਉਂਦੇ। ਇਹ ਜਨਾਬ ਪਿਓਰ ਨੀਲੀ ਦੀ ਮੈਂ ਖੜੋਤੀ ਹੈ, ਮੁੱਠ ਮੁੱਠ 'ਤੇ ਥਾਣ ਲੱਗੇ ਹੋਏ, ਚੀਰ ਕੁੰਡੇ ਸਿੰਘ ਵੀ ਨੇ ਜਨਾਬ ਇਹਦੇ, ਬਾਕੀ ਹਰ ਨਿਸ਼ਾਨੀ ਹੈਗੀ। ਉਸ ਤੋਂ ਬਾਅਦ ਜੇ ਕੋਈ ਨਿਸ਼ਾਨੀ ਘੱਟ ਹੋਏਗੀ ਤਾਂ ਤੁਸੀਂ ਮੈਨੂੰ ਦੱਸ ਦੇਣਾ ਕਿ ਜਨਾਬ ਇਹਦੇ ਵਿੱਚੋਂ ਨਿਸ਼ਾਨੀ ਨਹੀਂ ਆਇਆ ਸੀ। ਇੱਧਰ ਆ ਜਾਓ ਭਾਅ ਜ਼ਫਰ। ਅੱਛਾ ਭਾਅ ਜ਼ਫਰ, ਆਪਣਾ ਇੱਕ ਆਪਣਾ ਮੀਆਂ ਬਾਸ ਦੀ ਆਪਾਂ ਇੱਕ ਮੈਂ ਵੇਖੀ ਹੈ, ਅਤੇ ਇੱਕ ਇਹ ਝੋਟਾ ਵੇਖਿਆ, ਅਤੇ ਆਪਣੀ ਉਹਦੇ ਨਾਲ ਫੋਨ 'ਤੇ ਗੱਲ ਹੋਈ ਹੈ। ਆਪ ਤਾਂ ਉਹ ਕਿਤੇ ਕੰਮ ਗਏ ਹੋਏ ਨੇ, ਪਤਾ ਨਹੀਂ ਕਿੱਥੇ ਗਏ ਹੋਏ ਨੇ। ਅਤੇ ਆਪਾਂ ਮੈਂ ਤਾਂ ਸ਼ੁਰੂ ਕਰਨਾ, ਇਹ ਜਿਹੜੀ ਮੈਂ ਆਪਣੀ, ਇਹ ਵੀ ਉਹਨੇ ਆਪਾਂ ਨੂੰ ਦੱਸਿਆ ਸੀ ਵੀ ਇਹ ਕਿੰਨਵਾਂ ਸੁਬਾਹ ਹੁਣ ਸੂਵੇਗੀ ਜੀ। ਇਹ ਦੂਸਰਾ ਸੁਬਾਹ ਸੂਵੇਗੀ। ਉੱਚੀ ਬੋਲੋ, ਦੂਸਰਾ ਸੁਬਾਹ ਸੂਵੇਗੀ ਜੀ, ਦੂਸਰਾ। ਦੂਸਰਾ ਸੁਬਾਹ ਸੂਵੇਗੀ, ਅਤੇ ਪਹਿਲੇ ਸੂਵੇ ਦੁੱਧ ਵੀ ਉਹਨੇ ਕੁਛ ਦੱਸਿਆ ਸੀ ਵੀ ਇੰਨਾ ਇਹ ਕਰਦੇ। ਪਹਿਲੇ ਸੂਵੇ ਜੀ 9 ਲੀਟਰ, 9 ਲੀਟਰ ਡੰਗ ਦਾ ਜੀ ਇੱਕ ਟਾਈਮ ਦਾ ਜੀ, ਅਤੇ 18 ਲੀਟਰ ਦੋ ਟਾਈਮਾਂ ਜੀ। ਇਸ ਤਰੀ ਇਨਸ਼ਾਅੱਲਾ ਦੋਵਾਂ ਟਾਈਮਾਂ ਦਾ 20 ਲੀਟਰ ਕਰੇਗੀ। 20 ਲੀਟਰ ਕਰੇਗੀ, ਠੀਕ ਹੋ ਗਿਆ। ਉਸ ਤੋਂ ਬਾਅਦ ਜਿਹੜਾ ਉਹ ਝੋਟਾ ਜੀ, ਉਹ ਵੀ ਉਹਨਾਂ ਨੇ ਦੱਸਿਆ ਕਿ ਹਰ ਮੰਡੀ 'ਤੇ ਜਾਂਦਾ ਨੁਮਾਇਸ਼ 'ਤੇ, ਅਤੇ ਉਹ ਝੋਟਾ ਜਿਹੜਾ ਉਹ ਵੀ ਪਿਓਰ ਨੀਲੀ ਦਾ, ਠੀਕ ਹੋ ਗਿਆ। ਕੈਮਰਾਮੈਨ ਸਾਹਿਬ ਝੋਟਾ ਵਿਖਾ ਦਿਓ ਜੀ ਇੱਕ ਵਾਰੀ ਹੋਰ, ਕਣਕ ਨੂੰ ਵੀ ਉਹਦੇ ਕੱਟੇ ਹੋਏ ਨੇ ਜਨਾਬ, ਨਿਸ਼ਾਨੀਆਂ ਲੱਗੀਆਂ ਹੋਈਆਂ ਨੇ। ਇਹ ਮੱਝਾਂ ਜਨਾਬ ਚਰਦੀਆਂ ਪਈਆਂ, ਵਾਹਣ 'ਚੋਂ ਵਲ ਕੇ ਲਿਆ ਕੇ ਮੈਂ ਇੱਥੇ ਖੁਰਲੀ 'ਤੇ ਕੀਤੀਆਂ ਨੇ। ਮੱਝਾਂ ਉਹਨਾਂ ਕੋਲ 3 ਹੋਰ ਵੀ ਖੜੀਆਂ ਨੇ, ਲੇਕਿਨ ਉਹ ਥੋੜ੍ਹੀਆਂ ਜਿਹੀਆਂ ਕੱਚੀਆਂ ਸੀ, ਅਤੇ ਇਹ ਮੱਝ ਜਨਾਬ ਤਿਆਰ ਹੈ। ਅਤੇ ਹੁਣ ਭਾਈ ਜ਼ਫਰ, ਇਸ ਮੱਝ ਦੇ ਜਿਹੜੇ ਫਾਈਨਲ ਪੈਸੇ ਨਾ ਜਨਾਬ, ਉਹ ਆਪਾਂ ਕਰਨੇ ਨੇ। ਇਹ ਮੱਝ ਦਾ ਜੀ ਫਾਈਨਲ ਹੈ ਜੀ 4 ਲੱਖ ਰੁਪਈਆ ਜੀ। 4 ਲੱਖ, ਠੀਕ ਹੋ ਗਿਆ ਜੀ। ਅਤੇ ਇਹਦੇ ਵਿੱਚ ਕੋਈ ਭਾਈ ਬਾਸ ਨੇ ਦੱਸਿਆ ਸੀ ਕਿ ਕਰ ਲਿਆ ਜੋ ਤਾਂ ਹੋ ਜਾ ਸੀ ਜੀ 4-5 ਹਜ਼ਾਰ ਦਾ ਵਾਧਾ ਘਾਟਾ ਜੀ, ਠੀਕ ਹੋ ਗਿਆ। ਉਸ ਤੋਂ ਬਾਅਦ ਜਨਾਬ ਜਿਹੜਾ ਝੋਟਾ ਹੈ ਉਹਦਾ, ਇਹ ਝੋਟਾ ਜੀ ਪੰਜਾਬ ਲੈਵਲ ਦਾ ਸਿਲੈਕਟ ਹੈ ਜੀ, ਹਰ ਮੰਡੀ 'ਤੇ ਜਾਂਦਾ ਜਿੱਤ ਕੇ ਆਉਂਦਾ ਜੀ। ਝੋਟੇ ਦਾ ਜੀ 5.25 ਲੱਖ ਰੁਪਈਆ, ਝੋਟੇ ਦਾ 5.25 ਲੱਖ। ਇਹਦੇ ਵਿੱਚ ਵੀ ਦੱਸਿਆ ਸੀ ਭਾਈ ਬਾਸ ਨੇ, ਇਹਦੇ ਵਿੱਚ ਵੀ ਕੋਈ ਪਿਆਰ ਮੁਹੱਬਤ ਹੋ ਗਿਆ ਸੀ ਜੀ। ਆਪਣਾ ਅੰਕਲ ਹੈ ਮੰਮਾ ਦਾ ਬਾਸ, ਤੁਸੀਂ ਵੀ ਜੋਈਓ, ਉਹ ਵੀ ਜੋਈਆ ਜੀ, ਅਤੇ ਮੁਹੱਬਤ ਕਰਾ ਲਈ ਸਾਂ ਆਪਾਂ ਉਹਦੇ ਕੋਲ ਜਿਹੜੀ ਕੋਈ ਯਾਦ ਮੁਨਾਸਬ ਹੋ ਸਕੀ, ਉਹ ਆਪਾਂ ਭਾਈ ਬਾਸ ਨਾਲ ਕਰ ਲਾਂਗੇ। ਅਤੇ ਦੋਸਤੋ ਆਪਣਾ, ਮੈਂ ਉਮੀਦ ਕਰਾਂਗਾ ਜਨਾਬ ਕਿ ਮੇਰੀ ਜਨਾਬ ਇਹ ਜਿਹੜੀ ਵੀਡੀਓ ਹੈ ਤੁਹਾਨੂੰ ਪਸੰਦ ਆਵੇਗੀ, ਅਤੇ ਮੈਂ ਜਨਾਬ ਇਹ ਬਹਾਵਲ ਨਗਰ ਦੇ ਇਲਾਕੇ 'ਚ ਫਿਰਨਾ, ਅਤੇ ਬਹਾਵਲ ਨਗਰ ਦਾ ਇਲਾਕਾ ਹੈ ਜਨਾਬ, ਅਤੇ ਚੱਕ ਦਾ ਤਾਂ ਨਾਂ ਔਖਾ ਜਿਹਾ ਹੀ ਹੈ, ਹੁਣ ਮੈਨੂੰ ਨਹੀਂ ਆਉਂਦਾ। ਅਬਾਸ ਨਗਰ ਹੈ, ਯਾਨੀ ਕਿ ਅਬਾਸ ਨਗਰ ਜੋਈਆ ਹਾਊਸ, ਅਬਾਸ ਨਗਰ। ਇਹ ਜਨਾਬ ਭਾਈ ਅਬਾਸ ਦਾ ਡੇਰਾ ਹੈ ਜਨਾਬ, ਅਤੇ ਇਹ ਉਹਨਾਂ ਨੇ ਆਪਣਾ ਪਿੱਛੇ ਵੀ ਫਾਰਮ ਫੁਰਮ ਬਣਾਇਆ ਹੈ, ਅਤੇ ਪਿਓਰ ਨੀਲੀ ਦੇ ਮੱਝਾਂ ਉਹਨਾਂ ਨੇ ਰੱਖੀਆਂ ਹੋਈਆਂ ਨੇ। ਐਵੇਂ ਨਹੀਂ ਵੀ ਉਹ ਆਪਣਾ ਖੱਚ ਮੱਚ ਜੀਆਂ ਵਾਲ ਕੇ ਵਿੱਚ ਕਰ ਲੈਣੀਆਂ ਅਤੇ ਆਖਣਾ ਜੀ ਇਹ ਪਿਓਰ ਨੀਲੀ ਦੀਆਂ ਨੇ। ਅਤੇ ਇਹ ਕੈਮਰਾਮੈਨ ਸਾਹਿਬ ਮੈਂ ਵਿਖਾ ਦਿਓ ਇੱਕ ਵਾਰੀ ਹੋਰ, ਅਤੇ ਇਹ ਜਨਾਬ ਤੁਸੀਂ ਮੈਂ ਵੇਖ ਲਈਏ, ਅਤੇ ਮੈਂ ਜਨਾਬ ਇਹ ਫੁੱਲ ਕੋਸ਼ਿਸ਼ ਕਰਨਾ ਕਿ ਨਾ ਹੀ ਆਪਣਾ ਟਾਈਮ ਜ਼ਾਇਆ ਕਰਾਂ ਅਤੇ ਨਾ ਹੀ ਤੁਹਾਡਾ ਕਰਾਂ, ਅਤੇ ਚੰਗੀ ਤੋਂ ਚੰਗੀ ਜਨਾਬ ਤੁਹਾਨੂੰ ਸ਼ੈ ਵਿਖਾਵਾਂ। ਇਹ ਜਨਾਬ ਪਿਓਰ ਨੀਲੀ ਦੀ ਮੈਂ ਹੁੰਦੀ ਜੇ, ਇਹ ਤੁਸੀਂ
ਉਸ ਨੰਬਰ ਤੇ ਜਨਾਬ ਤੁਸੀਂ ਕਰਨੀ ਹੈ ਕਾਲ, ਤੇ ਇਹ ਜਨਾਬ ਇੱਕ ਝੋਟਾ ਤੇ ਇੱਕ ਨੀਲੀ ਦੀ ਮੈਂ ਜਨਾਬ, ਇਹ ਦੋਵੇਂ ਹੀ ਨੀਲੀ ਦੇ ਨੇ ਤੇ ਝੋਟੇ ਦਾ ਜਿਹੜਾ ਕੱਦ ਹੈ ਜਨਾਬ 6 ਫੁੱਟ ਤੇ ਕੱਦ ਹੈ, ਕੋਈ ਤਕਰੀਬਨ ਮੇਰੇ ਨਾਲੋਂ ਉੱਚਾ ਝੋਟਾ, ਤੇ ਉਹ ਮੈਂ ਜਨਾਬ ਦੂਸਰਾ ਸੂਆ ਸੂਵੇਗੀ, ਦੂਸਰੇ ਸੂਵੇ ਦੁੱਧ ਜਿਹੜਾ ਭਾਈ ਬਾਸ ਦਾ ਕਹਿਣਾ ਕਿ ਜਨਾਬ ਮੇਰੀ ਮੈਂ 20 ਲੀਟਰ ਦੁੱਧ ਕਰੇਗੀ, ਪਹਿਲੇ ਸੂਵੇ ਮੈਂ 18 ਲੀਟਰ ਚੋਂਦਾ ਰਹਿੰਦੇ ਇੱਥੋਂ, ਤੇ ਇਹ ਅਜੇ ਵੀ ਕੋਈ ਲੈਂਦੀ ਏ 10 ਤੋਂ 12 ਦਿਨ ਲੈਂਦੀ ਏ, ਤੇ ਜਦੋਂ ਇਹ ਸੂਵੇਗੀ ਜਨਾਬ ਉਦੋਂ 20 ਲੀਟਰ ਦੁੱਧ ਆ ਕੇ ਪੂਰਾ ਕਰ ਲੈਣਾ। ਤੇ ਦੋਸਤੋ ਮੇਰੀ ਅਗਲੀ ਆਉਣ ਵਾਲੀ ਵੀਡੀਓ ਦਾ ਜਨਾਬ ਤੁਸੀਂ ਇੰਤਜ਼ਾਰ ਕਰਨਾ, ਤੇ ਮਿਲਣੇ ਆ ਜਨਾਬ ਅਗਲੀ ਵੀਡੀਓ 'ਚ। ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।